ਸਕੂਲ ਟੀਚਰਾਂ ਦੀ ਗੁੰਡਾਗਰਦੀ, ਨਵੀਂ ਪ੍ਰਿੰਸੀਪਲ ਆਉਣ ਦੇ ਬਦਲੇ ਤੇਵਰ, ਪੁਰਾਣੇ ਪ੍ਰਿੰਸੀਪਲ ਨੂੰ ਕੁਰਸੀ ਸਣੇ ਸੁੱਟਿਆ ਬਾਹਰ, ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ। ਦੱਸਦੇ ਕਿ ਇੱਕ ਸਕੂਲ ਦੀ ਵੀਡੀਓ ਹੈ ਜਿੱਥੇ ਕਿ ਹਾਈ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਕੁਰਸੀ ਨੂੰ ਲੈ ਕੇ ਬੀਤੇ ਮੰਗਲਵਾਰ ਨੂੰ ਭਾਰੀ ਹੰਗਾਮਾ ਹੋ ਗਿਆ। ਇਸ ਹੰਗਾਮੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ। ਇਸ ਵਿੱਚ ਮੌਰਿਸ ਐਡਗਰ ਡੈਨ ਨਾਂ ਦਾ ਵਿਅਕਤੀ ਆਪਣੇ ਸਮਰਥਕਾਂ ਦੇ ਨਾਲ ਪਹਿਲਾਂ ਸਕੂਲ ਦੇ ਵਿੱਚ ਦਾਖਲ ਹੁੰਦਾ ਅਤੇ ਮੌਜੂਦਾ ਪ੍ਰਿੰਸੀਪਲ ਪਾਰਲ ਸੋਲੋਮਨ ਨੂੰ ਕੁਰਸੀ ਤੋਂ ਲਾਂਭੇ ਕਰਦਾ ਨਜ਼ਰ ਆਉਂਦਾ। 20-25 ਮਿੰਟ ਤੱਕ ਚੱਲੇ ਹੰਗਾਮੇ ਦੇ ਵਿੱਚ ਮੁਲਾਜ਼ਮਾਂ ਨੇ ਪ੍ਰਿੰਸੀਪਲ ਪਾਰੁਲ ਨੂੰ ਕੁਰਸੀ ਤੋਂ ਹਟਾਉਣ ਲਈ ਧੱਕਾ ਵੀ ਕੀਤਾ, ਪਰ ਉਹ ਫਿਰ ਵੀ ਨਾ ਹੱਲੀ ਤਾਂ ਉਸਦੀ ਕੁਰਸੀ ਸਮੇਤ ਹੀ ਉਸਨੂੰ ਬਾਹਰ ਸੁੱਟ ਦਿੱਤਾ। ਜਿਸ ਤੋਂ ਬਾਅਦ ਇਸ ਵੀਡੀਓ ਦੇ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ। ਕੀ ਆ ਪੂਰਾ ਮਾਮਲਾ? ਆਖਿਰ ਕਿਉਂ ਪ੍ਰਿੰਸੀਪਲ ਨੂੰ ਕੁਰਸੀ ਸਮੇਤ ਸਕੂਲ ਤੋਂ ਬਾਹਰ ਸੁੱਟਿਆ? ਆਓ ਤੁਹਾਨੂੰ ਦੱਸਦੇ ਹਾਂ। ਪ੍ਰਗਿਆ ਰਾਜ ਦੇ ਬਿਸ਼ਪ ਜੌਹਨਸਨ ਗਰਲ ਹਾਈ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਕੁਰਸੀ ਨੂੰ ਲੈ ਕੇ ਬੀਤੇ ਮੰਗਲਵਾਰ ਨੂੰ ਭਾਰੀ ਹੰਗਾਮਾ ਹੋਇਆ। ਇਸ ਹੰਗਾਮੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ। ਇਸ ਵਿੱਚ ਮੌਰਿਸ ਐਡਗਰ ਡੈਨ ਨਾਂ ਦਾ ਵਿਅਕਤੀ ਆਪਣੇ ਸਮਰਥਕਾਂ ਦੇ ਨਾਲ ਸਕੂਲ ਦੇ ਵਿੱਚ ਦਾਖਲ ਹੁੰਦਾ ਹੋਇਆ ਨਜ਼ਰ ਆਉਂਦਾ ਅਤੇ ਬਾਅਦ ਵਿੱਚ ਮੌਜੂਦਾ ਪ੍ਰਿੰਸੀਪਲ ਪਾਰੁਲ ਸੋਲੋਮਨ ਨੂੰ ਕੁਰਸੀ ਤੋਂ ਲਾਂਭੇ ਕਰਦਾ ਨਜ਼ਰ ਆਇਆ। ਇੱਥੇ ਹੀ ਬੱਸ ਨਹੀਂ ਹੁੰਦੀ ਬਲਕਿ 20-25 ਮਿੰਟ ਤੱਕ ਚੱਲੇ ਹੰਗਾਮੇ ਦੇ ਵਿੱਚ ਮੁਲਾਜ਼ਮਾਂ ਨੇ ਪ੍ਰਿੰਸੀਪਲ ਪਾਰੋਲ ਨੂੰ ਕੁਰਸੀ ਤੋਂ ਹਟਾਉਣ ਲਈ ਧੱਕਾ ਵੀ ਕੀਤਾ, ਉਹ ਫਿਰ ਵੀ ਨਹੀਂ ਹਿੱਲੀ ਤਾਂ ਕੁਰਸੀ ਸਮੇਤ ਚੁੱਕ ਕੇ ਪ੍ਰਿੰਸੀਪਲ ਨੂੰ ਕਮਰੇ ਤੋਂ ਬਾਹਰ ਸੁੱਟ ਦਿੱਤਾ। ਇਹ ਮਾਮਲਾ 2 ਜੁਲਾਈ ਦਾ ਦੱਸਿਆ ਜਾ ਰਿਹਾ, ਜਿੱਥੇ ਕਿ ਆਪਣੇ ਆਪ ਨੂੰ ਇਸ ਸਕੂਲ ਦਾ ਮੈਨੇਜਰ ਦੱਸਣ ਵਾਲੇ ਮੌਰਿਸ ਐਡਗਰ ਡੈਨ ਮੰਗਲਵਾਰ ਨੂੰ ਆਪਣੇ ਸਮਰਥਕਾਂ ਦੇ ਨਾਲ ਸਕੂਲ ਦੇ ਵਿੱਚ ਪਹੁੰਚੇ। ਉਹ ਜ਼ਬਰਦਸਤੀ ਮੌਜੂਦਾ ਪ੍ਰਿੰਸੀਪਲ ਪਾਰੋਲ ਦੇ ਚੈਂਬਰ ਦੇ ਵਿੱਚ ਦਾਖਲ ਹੋ ਗਏ ਅਤੇ ਉਸਨੂੰ ਹਟਾ ਕੇ ਨਵੇਂ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ। ਇਸ ਦੌਰਾਨ ਸਕੂਲ ਦੇ ਵਿੱਚ ਕਾਫੀ ਹੰਗਾਮਾ ਹੋਇਆ। ਮੌਰਿਸ ਐਡਗਰ ਡੈਨ ਦਾ ਦਾਅਵਾ ਹੈ ਕਿ ਉਸਨੂੰ ਸਕੂਲ ਦਾ ਮੈਨੇਜਰ ਨਿਯੁਕਤ ਕੀਤਾ ਗਿਆ, ਜਦਕਿ ਮੌਜੂਦਾ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਸਨੂੰ ਹਟਾਉਣ ਦੀ ਕੋਈ ਪ੍ਰਕਿਰਿਆ ਨਹੀਂ ਹੈ। ਇਸ ਘਟਨਾ ਸੰਬੰਧੀ ਪਾਰੋਲ ਨੇ ਵਿਸ਼ ਮੌਰਿਸ ਐਡਗਰ ਡੈਨ ਅਤੇ ਹੋਰਾਂ ਦੇ ਲੁੱਟਖੋ ਧਮਕੀਆਂ ਅਤੇ ਦੁਰਵਿਵਹਾਰ ਦੀ ਦੋਸ਼ ਲਗਾਉਂਦੇ ਹੋਏ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਰਿਪੋਰਟ ਦੇ ਮੁਤਾਬਿਕ ਘਟਨਾ ਦੇ 3 ਵੀਡੀਓ ਸਾਹਮਣੇ ਆਏ ਨੇ। ਪਹਿਲੀ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਸਕੂਲ ਦੇ ਪ੍ਰਿੰਸੀਪਲ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਬੈਠੇ ਨੇ। ਉਸੇ ਸਮੇਂ ਬਿਸ਼ ਮੌਰਿਸ ਐਡਗਰ ਸਮੇਤ 15-20 ਲੋਕ ਕਮਰੇ ਦੇ ਬਾਹਰ ਖੜ੍ਹੇ। ਇਸੇ ਦੌਰਾਨ ਇੱਕ ਵਿਅਕਤੀ ਨੇ ਹਥੌੜੇ ਨਾਲ ਤਾਲਾ ਤੋੜ ਦਿੱਤਾ। ਦੂਜੀ ਵੀਡੀਓ ਦੇ ਵਿੱਚ ਬਿਸ਼ ਸਮੇਤ 5-10 ਲੋਕ ਪ੍ਰਿੰਸੀਪਲ ਦੇ ਕਮਰੇ ਵਿੱਚ ਜਾਣੀ ਕਿ ਦਫ਼ਤਰ ਦੇ ਅੰਦਰ ਦਾਖਲ ਹੁੰਦੇ ਹੋਏ ਨਜ਼ਰ ਆਏ। ਇੱਕ ਵਿਅਕਤੀ ਪ੍ਰਿੰਸੀਪਲ ਨੂੰ ਧਮਕਾਉਣਾ ਸ਼ੁਰੂ ਕਰ ਦਿੰਦਾ, ਪ੍ਰਿੰਸੀਪਲ ਅਤੇ ਇਸ ਵਿਅਕਤੀ ਵਿਚਕਾਰ ਝਗੜਾ ਸ਼ੁਰੂ ਹੋ ਜਾਂਦਾ। ਤੀਜੀ ਫੋਟੋਜ਼ ਦੇ ਵਿੱਚ ਦੇਖਿਆ ਜਾ ਸਕਦਾ ਕਿ ਪ੍ਰਿੰਸੀਪਲ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਦੌਰਾਨ ਪ੍ਰਿੰਸੀਪਲ ਮੈਨੂੰ ਨਾ ਛੂਹੋ ਕਹਿੰਦੀ, ਫਿਰ ਇੱਕ ਔਰਤ ਉਸਦਾ ਮੋਬਾਈਲ ਖੋਹ ਲੈਂਦੀ ਹੈ ਅਤੇ ਫਿਰ ਉਸ ਪ੍ਰਿੰਸੀਪਲ ਨੂੰ ਕੁਰਸੀ ਤੋਂ ਜ਼ਬਰਦਸਤੀ ਉਤਾਰ ਦਿੱਤਾ ਜਾਂਦਾ। ਇਸ ਤੋਂ ਬਾਅਦ ਪ੍ਰਿੰਸੀਪਲ ਸਾਹਮਣੇ ਕੁਰਸੀ 'ਤੇ ਬੈਠ ਗਿਆ, ਇਸ ਲਈ ਉਹਨਾਂ ਨਾਲ ਝਗੜਾ ਸ਼ੁਰੂ ਹੋ ਜਾਂਦਾ, ਉਸ ਨੂੰ ਕੁਰਸੀ ਸਮੇਤ ਬਾਹਰ ਕੱਢਿਆ ਜਾਂਦਾ। ਇਸ ਤੋਂ ਬਾਅਦ ਇੱਕ ਹੋਰ ਮਹਿਲਾ ਪ੍ਰਿੰਸੀਪਲ ਕੁਰਸੀ 'ਤੇ ਬੈਠ ਜਾਂਦੀ ਹੈ ਅਤੇ ਤਾੜੀਆਂ ਮਾਰ ਕੇ ਉਸਦਾ ਸਵਾਗਤ ਵੀ ਕੀਤਾ ਜਾਂਦਾ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਜਦੋਂ ਕੋਈ ਵੀਡੀਓ ਸਾਹਮਣੇ ਆਉਂਦੀ ਆ ਤਾਂ ਬੱਚਿਆਂ ਦੇ ਮਾਪੇ ਇਹੀ ਸੋਚਦੇ ਨੇ ਕਿ ਜੇਕਰ ਸਕੂਲਾਂ ਦੇ ਵਿੱਚ ਅਜਿਹਾ ਵਿਵਹਾਰ ਪ੍ਰਿੰਸੀਪਲ ਜਾਂ ਟੀਚਰ ਕਰਦੇ ਨੇ ਤਾਂ ਬੱਚਿਆਂ 'ਤੇ ਇਸਦਾ ਕੀ ਅਸਰ ਹੋਵੇਗਾ। ਲੋੜ ਆ ਅਜਿਹੇ ਪ੍ਰਿੰਸੀਪਲਸ ਨੂੰ ਅਤੇ ਅਜਿਹੇ ਉੱਚ ਅਧਿਕਾਰੀਆਂ ਨੂੰ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਵਿਅਕਤੀ ਨੂੰ ਜਿਸਨੇ ਪ੍ਰਿੰਸੀਪਲ ਦੇ ਨਾਲ ਜ਼ਬਰਦਸਤੀ ਕੀਤੀ ਆ, ਸਮਝਣ ਦੀ
ਕਿ ਇਸਦਾ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪਏਗਾ। ਜੋ ਬੱਚਿਆਂ ਦੇ ਸਾਹਮਣੇ ਕਰਨਗੇ ਬੱਚੇ ਵੀ ਉਹੀ ਕੁਝ ਸਿੱਖਣਗੇ। ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਹੁੰਦੀ ਹੈ। ਬਿਊਰੋ ਰਿਪੋਰਟ, ਹਮਦਰਦ TV।